जलंधर शहर जेकर आ रहे हो या जलंधर प्रशासन के नाल कोई गलबात नहीं हो रही उन्होंने कोई कंपनी वाला कोई और मुलाजम गड्डी वाले खिला लो डक लो बस एक जेडी की बस निकली गई है तो उसी देखिए आया सरकारी बस निकल कहीं भी जाना मैं कहता हूँ मैडम जिसका काम है उसका काम भी जाएगा ना जी 5 घंटे निकल के चले जाएंगे मैं कसूर जथेदार कश्मीर सिंह जंडियाला भारतीय किसान जिन्हें राज्यवाद दुआबे का सेवादार जी ਅੱਜ ਕੀ ਗੱਲ ਬਾਤ ਹੋਈ ਕਿ ਫਿਰ ਧਰਨਾ ਦੇਣਾ ਪੈ ਰਿਹਾ ਤੁਹਾਨੂੰ ਜੀ ਜੀ ਕੀ ਹੋਣੀਆਂ ਗੱਲਾਂ ਪਤਾ ਦੇਸ਼ ਦੀਆਂ ਸਰਕਾਰਾਂ ਨੇ ਪੰਜਾਬ ਦੇ ਕਿਸਾਨ ਨੂੰ ਲੁੱਟਣ ਤੇ ਕੁੱਟਣ ਤੇ ਹੋਈਆਂ ਆ ਅੱਜ ਝੋਨੇ ਦੀ ਫਸਲ ਸਾਡੀ ਪੱਕ ਕੇ ਖੱਤਿਆਂ ਦੇ ਵਿੱਚ ਰੁੜ ਰਹੀ ਆ ਇਹ ਸਰਕਾਰ ਨੇ ਦੋਹਾਂ ਹੱਥਾਂ ਦੇ ਨਾਲ ਸਾਨੂੰ ਲੁੱਟਣ ਤੇ ਹੋ ਗਿਆ ਆੜਤੀਆ ਵੀ ਨਾਲ ਰਲ ਗਿਆ ਨਾਲ ਇਹਨਾਂ ਦੇ ਸਿਵਲ ਪ੍ਰਸ਼ਾਸਨ ਰਲਿਆ ਪੰਜਾਬ ਦਾ ਨਾਲ ਸੈਲਰ ਮਾਰਕ ਰਲ ਗਏ ਆ ਝੋਨੇ ਦੇ 5-5-7-7 ਰੁਪਈਆ ਕੱਟ ਲਾਉਣ ਲੱਗ ਪਏ ਆ ਜਾਂ 5-5-7-7 ਗੱਟੇ ਜਿਹੜੇ ਹੁੰਦੇ ਆ ਉਹ ਕਹਿ 100 ਦੇ ਮਗਰ ਦੇ ਉਹ ਪੂਰਾ ਕਿਸਾਨ ਨੂੰ ਅਜੇ ਰੋਲਣ 'ਤੇ ਸਰਕਾਰਾਂ ਹੋਈਆਂ ਉੱਧਰੋਂ ਝੋਨੇ ਦਾ ਉੱਦਾਂ ਝਾੜ ਘੱਟ ਗਿਆ ਆ ਕਿਉਂਕਿ ਮੌਕੇ ਜਿਹੜਾ 14-15 'ਤੇ ਆ ਗਿਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਤੇਰੀ ਅਣਗਹਿਲੀ ਆ ਜਿਹੜਾ ਤੁਸੀਂ ਪਹਿਲਾਂ ਪ੍ਰਬੰਧ ਨਹੀਂ ਕੀਤੇ ਅਤੇ ਸੈਂਟਰ ਸਰਕਾਰ ਸਾਡੇ ਨਾਲ ਜਿਹੜੇ ਬਦਲੇ ਦੀ ਨੀਅਤ ਦੇ ਨਾਲ 3 ਕਾਲੇ ਕਾਨੂੰਨ ਵਾਪਸ ਕਰਾਏ ਸੀ ਉਸ ਬਦਲੇ ਦੀ ਨੀਅਤ ਦੇ ਨਾਲ ਅੱਜ ਸਾਡੇ ਕੋਲ ਵੱਟੇ ਰਹਿ ਰਹੀ ਆ ਇਹ ਸਾਰਾ ਪਲੈਨ ਕਰਕੇ ਸਰਕਾਰਾਂ ਸਾਨੂੰ ਫੇਲ ਕਰਦੇ ਹੋਈਆਂ ਆ ਪਰ ਕਿਸਾਨ ਕਦੀ ਮਰ ਨਹੀਂ ਸਕਦਾ ਜਿਹੜਾ ਅੰਨਦਾਤਾ ਹੁੰਦਾ ਜਿਹੜਾ ਲੋਕਾਂ ਦਾ ਢਿੱਡ ਭਰਦਾ ਆ ਉਹਦੀ ਪਰਮਾਤਮਾ ਇਹਨੂੰ ਪਰਮਾਤਮਾ ਸਹਾਇਤਾ ਕਰਦਾ ਆ ਅਤੇ ਤਾਂ ਹੀ ਅਸੀਂ ਤੁਰੇ ਫਿਰਦੇ ਹਾਂ ਕਦੀ ਤੁਸੀਂ ਦੇਖਿਆ ਵੀ ਦੁਕਾਨ ਤੋਂ ਜਾ ਕੇ
ਕਿਤੇ 2 ਰੁਪਏ ਦੀ ਚੀਜ਼ ਵੀ ਸੀ ਫ੍ਰੀ ਚੱਕ ਲਓ ਜੋ ਮਰਜ਼ੀ ਇਹਦੇ ਖਾਤੇ ਚੋਂ ਵੱਢੀ ਆਉਂਦਾ ਜੋ ਮਰਜ਼ੀ ਲਈ ਆਉਂਦਾ ਕਦੀ ਕਿਸਾਨ ਨਹੀਂ ਨਾ ਕਰਦਾ ਪਰ ਜੇ ਇਹਦੇ ਨਾਲ ਇਹ ਸਰਕਾਰਾਂ ਇੱਦਾਂ ਕਰਨਗੀਆਂ ਸਰਕਾਰਾਂ ਨੂੰ ਕਦੀ ਉਹ ਪਰਮਾਤਮਾ ਵੀ ਮਾਫ਼ ਨਹੀਂ ਕਰੂਗਾ ਅਤੇ ਕਿਸਾਨ ਵੀ ਇਹਨਾਂ ਦੇ ਟਾਕੇ ਪੱਟ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਕੀ ਹੈ ਦਵਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਅੱਜ ਫਿਰ ਧਰਨਾ ਕਿਸਾਨਾਂ ਨੂੰ ਦੇਣਾ ਪਿਆ ਜੀ ਟੀ ਰੋਡ 'ਤੇ ਭਾਜੀ ਮੰਡੀਆਂ ਝੋਨਾ ਚੱਕਦੇ ਨਹੀਂ ਜੱਟ ਜਦ ਰਾਤ ਨੂੰ ਮੰਡੀ 'ਚ ਖੱਜਾ ਖੜਾ ਹੁੰਦੇ ਆ ਦਿਨ ਨੂੰ ਇੱਥੇ ਧਰਨੇ 'ਚ ਖੜਾ ਹੁੰਦੇ ਆ ਸਰਕਾਰ ਝੋਨਾ ਚੱਕੇ ਤਾਂ ਕੀ ਲੋੜ ਹੈ ਇੱਥੇ ਧੁੱਪੇ ਮੰਡੀ ਅਸੀਂ ਧੁੱਪੇ ਕਦੇ ਮਰੀਏ ਸਰ ਦੇਖਿਆ ਜਾ ਰਿਹਾ ਕਿ ਇੱਥੇ ਵੀ ਪਬਲਿਕ ਵੀ ਪਰੇਸ਼ਾਨ ਬਹੁਤ ਹੋ ਰਹੀ ਹੈ ਪਰੇਸ਼ਾਨ ਹੈ ਸਾਨੂੰ ਕਿਹੜਾ ਆਉਂਦਾ ਸਾਡੇ ਬੱਚੇ ਰਿਸ਼ਤੇਦਾਰ ਸਾਰੇ ਪਰੇਸ਼ਾਨ ਹੀ ਆ ਜੀ ਆ ਧਰਨੇ ਵਿੱਚ ਫਸੇ ਉਹ ਜਾਮ ਦੇ ਸਾਡੇ ਆਪਣੇ ਮੇਰਾ ਆਪਣਾ ਫਰੈਂਡ ਕੈਨੇਡਾ ਦਾ ਫਰੈਂਡ ਉਹਦੀ ਕੁੜੀ ਦੇ ਅੱਖਾਂ ਦਾ ਆਪਰੇਸ਼ਨ ਆ ਉਹ ਜਿਹੜਾ ਧਰਨੇ ਪਿੱਛੇ ਫਸਿਆ ਆ ਅਸੀਂ ਫਸੇ ਹੋ ਸਾਰੇ ਅਸੀਂ ਵੀ ਮਜਬੂਰੀ 'ਚ ਸਾਡੇ ਵੀ ਫਸੇ ਹੋ ਸਰਕਾਰ ਤੱਕ ਤੁਸੀਂ ਆਪਣੀ ਪਹੁੰਚ ਦਿੱਤੀ ਨਹੀਂ ਸੀ ਉਹਨਾਂ ਨੂੰ ਕੀ ਜਾਏ ਤੁਹਾਡੀ ਸੁਣਵਾਈ ਨਹੀਂ 3-4 ਦਿਨ ਪਹਿਲਾਂ ਸਾਰੀਆਂ ਮੰਗਾਂ ਮੰਨ ਕੇ ਗਏ ਠੀਕ ਹੈ ਜੀ ਕਰਾਂਗੇ ਪਰ ਕੁਛ ਵੀ ਨਹੀਂ ਕੰਦ ਸਰਕਾਰ ਦੇ ਕੰਨ ਤਾਂ ਜੂ ਵੀ ਨਹੀਂ ਸਕਦੀ ਹੁਣ ਅਗਲੀ ਕਾਰਵਾਈ ਤੁਹਾਡੀ ਕੀ ਹੋਗੀ ਹੁਣ ਹਾਲੇ 4 ਵਜੇ ਤੱਕ ਧਰਨਾ 3 ਵਜੇ ਤੱਕ 3 ਤੋਂ ਬਾਅਦ ਫਿਰ ਦੇਖਦੇ ਕੀ ਕਾਲ ਆਉਂਦੀ ਆ ਜੋ ਜਿੰਨੀ ਦੀ ਕਾਲ ਆਉਗੀ ਉਹਦੇ ਨਾਲ ਹੀ ਆ APN ਵੈਬ ਨਿਊਜ਼ ਹਰ ਰੋਜ਼ ਇੱਕ ਨਈ ਖਬਰ ਦੇ ਸਾਥ ਆਪਣਾ ਪੰਜਾਬ ਵੈਬ ਨਿਊਜ਼ ਆਪ